ਕੇਸਾਂ ਦਾ ਸਤਿਕਾਰ ਦਸਵੇਂ ਪਾਤਸ਼ਾਹ ਬਹੁਤ ਸਤਿਕਾਰ ਕੇਸਾਂ ਦਾ, ਕਕਾਰਾਂ ਦਾ, ਬਾਣੀਆਂ ਦਾ, ਸ਼ਸਤਰਾਂ ਦਾ। ਜਦ ਕੋਟ ਕਪੂਰੇ ਆਇਆ ਸੀ, ਸੋ ਕਪੂਰਾ ਚੌਧਰੀ ਵੱਡਾ ਸਾਰਾ ਚੋਗਾ ਜਿਹਾ ਪਾਇਆ ਹੋਇਆ, ਮਿੱਟੀ ਹੂੰਝਦਾ ਆਵੇ, ਧੂੜ ਉੱਡੇ। ਮਹਾਰਾਜ ਨੇ ਆਪਣਾ ਪਲੰਘ ਜਿੱਥੇ ਡਾਹਿਆ ਉਹਦੇ ਨਾਲ ਪਲੰਘ ਦੂਜਾ ਸ਼ਸਤਰਾਂ ਵਾਲਾ, ਥੱਲੇ ਦੋ ਦੋ ਇੱਟਾਂ ਰੱਖ ਕੇ ਉੱਚਾ ਚੱਕਿਆ, ਉੱਤੇ ਚਾਦਰ ਪਾਈ, ਚੌਰ ਹੋ ਰਿਹਾ ਸ਼ਸਤਰਾਂ ਨੂੰ। ਕਹਿੰਦਾ ਸ਼ਸਤਰਾਂ 'ਤੇ ਕਿਹੜਾ ਮੱਖੀਆਂ ਬਹਿੰਦੀਆਂ ਨੇ, ਤੁਸੀਂ ਇਹਨਾਂ ਨੂੰ ਚੌਰ ਕਰਾਈ ਜਾਂਦੇ ਹੋ। ਮਹਾਰਾਜ ਕਹਿੰਦੇ ਤੇਰੇ ਵਰਗਾ ਮੂਰਖ ਜਦੋਂ ਏਡੇ ਏਡੇ ਖਿਲਕੇ ਜੇ ਪਾ ਕੇ ਮਿੱਟੀ ਡਾਉਂਦਾ ਹੁੰਦਾ, ਸਾਰੇ ਸ਼ਸਤਰਾਂ 'ਤੇ ਮਿੱਟੀ ਪੈਂਦੀ ਹੈ। ਕਹਿੰਦੇ ਕਪੂਰਿਆ, ਇਹ ਜਿਹੜੇ ਸ਼ਸਤਰ ਨੇ, ਇਹ ਅਕਾਲ ਪੁਰਖ ਦਾ ਸਰਗਣ ਰੂਪ ਹੈ। ਇਹ ਸਰਗਣ ਰੂਪ ਦਸੇ ਸਰੂਪ ਨੇ, ਗੁਰੂ ਗ੍ਰੰਥ ਸਾਹਿਬ ਸ਼ਬਦ ਅਵਤਾਰ ਹੈ, ਇਹ ਸ਼ਬਦ ਰੂਪ ਹੈ। ਇੱਕ ਰੂਪ ਉਹਨਾਂ ਦਾ ਕੀ ਹੈ? ਸ਼ਸਤਰ। ਮਰਿਆਦਾਵਾਂ ਲੁਕਦੀਆਂ ਜਾ ਰਹੀਆਂ ਸੂਰਜ ਪ੍ਰਕਾਸ਼ ਦੀ ਕਥਾ ਨੂੰ, ਕਿੰਤੂ ਔਰ ਸੂਰਜ ਪ੍ਰਕਾਸ਼ ਦੀ ਕਥਾ ਹਜ਼ਾਰ ਗੁਰਦੁਆਰੇ 'ਚ ਹੁੰਦੀ ਅੱਜ, ਸ਼੍ਰੋਮਣੀ ਕਮੇਟੀ ਦੇ ਸਾਰੇ ਗੁਰਦੁਆਰਿਆਂ 'ਚ ਹੁੰਦੀ ਹੈ, ਬਾਕੀ ਥਾਵਾਂ ਸਾਰਿਆਂ 'ਤੇ ਹੁੰਦੀ ਹੈ। ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰਤਾ ਗੱਦੀ ਗੁਰੂ ਅੰਗਦ ਦੇਵ ਜੀ ਨੂੰ ਮੰਨ ਲਓ ਦਿੱਤੀ ਆ, ਸੌਂਪ ਦਿੱਤੀ, ਤਾਂ ਉਹ ਆ ਕੇ ਪਹਿਲਾਂ ਆਪ ਗੁਰਤਾ ਗੱਦੀ ਨੂੰ ਮੱਥਾ ਟੇਕਦੇ ਸੀ ਵੀ ਇਹ ਗੁਰੂ ਨਾਨਕ ਦੀ ਗੱਦੀ ਹੈ, ਫਿਰ ਪਰਿਕਰਮਾ ਕਰਨੀਆਂ ਉਹਦੀਆਂ ਚਾਰ ਪੰਜ, ਫਿਰ ਆ ਕੇ ਬੈਠਣਾ। ਇਹ ਤੀਜੇ ਪਾਤਸ਼ਾਹ ਵੀ ਕਰਦੇ, ਇਹ ਨੌਵੇਂ ਵੀ, ਇਹ ਦਸਵੇਂ ਵੀ। ਇਹ ਜਦੋਂ ਵੀ ਘੋੜੇ 'ਤੇ ਚੜ੍ਹਨਾ, ਪਹਿਲਾਂ ਆ ਕੇ ਘੋੜੇ ਨੂੰ ਨਮਸਕਾਰ ਕਰਕੇ, ਘੋੜੇ ਦੀਆਂ ਪਰਿਕਰਮਾ ਕਰਕੇ ਫਿਰ ਘੋੜੇ 'ਤੇ ਚੜ੍ਹਦੇ ਹੁੰਦੇ। ਘੋੜੇ ਦਾ ਸਤਿਕਾਰ, ਸ਼ਸਤਰਾਂ ਦਾ ਸਤਿਕਾਰ, ਕਿਉਂਕਿ ਇਹ ਚੀਜ਼ ਨੂੰ ਆਪਾਂ ਭੁੱਲ ਚੁੱਕੇ ਹਾਂ ਸਾਰੇ। ਯੂ ਐੱਸ ਏ ਵਾਲੇ ਬੰਦਿਆਂ ਨੇ ਦਸਮ ਸਾਰਾ ਅਧਿਐਨ ਕਰਕੇ ਉਹਦੇ 'ਚ ਇੱਕ ਚੀਜ਼ ਕੱਢੀ ਵੀ ਦਸਵੇਂ ਪਾਤਸ਼ਾਹ ਦੀ ਫੌਜ ਜਿੱਤਦੀ ਸੀ, ਉਹ ਕਿਹੜੇ ਕਿਹੜੇ ਕਾਰਨ ਸੀ, ਉਹਨਾਂ ਨੇ ਕਾਰਨ ਲੱਭੇ। ਉਹਨਾਂ ਨੇ ਲੱਭਿਆ ਕਿ ਇਹ ਸ਼ਸਤਰ ਦੀ ਬਹੁਤ ਸਤਿਕਾਰ ਅਤੇ ਪੂਜਾ ਕੀਤੀ। ਤੁਸੀਂ ਯੂ ਐੱਸ ਏ ਦਾ $1 ਜੇ ਕਿਸੇ ਕੋਲ ਉਹ ਦੇਖਿਓ, ਤਾਂ ਇੱਕ ਪਾਸੇ ਕਣਕ, ਇੱਕ ਪਾਸੇ ਤੀਰ, ਇੱਦਾਂ ਬਣਾਏ ਨੇ। ਇੱਕ ਅੱਖ ਹੈ ਉਹਦੇ 'ਚ, ਬਾਜ ਹੈ, ਸਾਰਾ ਉਹ ਦਸਵੇਂ ਪਾਤਸ਼ਾਹ ਵਾਲਾ ਹੀ ਸਿਸਟਮ ਹੈ। ਸ਼ਸਤਰਾਂ ਦਾ ਬਹੁਤ ਸਤਿਕਾਰ ਕਰਦੇ ਆ। ਉਹ ਕਹਿੰਦੇ ਕਲਗੀਧਰ ਮਹਾਰਾਜ ਨੇ ਜਿਹੜੇ ਕਾਨੂੰਨ ਲਾਗੂ ਕੀਤੇ ਆਪਦੀ ਫੌਜ 'ਤੇ, ਦਸਮ ਦੇ ਵਿੱਚੋਂ ਕੱਢ ਕੇ ਉਹਨਾਂ ਨੇ ਆਪਦੀ ਫੌਜ 'ਚ ਲਾਗੂ ਕੀਤੇ ਆ, ਅਤੇ ਆਪਣੇ ਹੋਰ ਹੀ ਕੁਛ ਕੋਈ ਜਾਂਦੇ ਆਪਾਂ ਸਾਰੇ, ਦਸਮ ਨੇ ਐਂ ਨਹੀਂ, ਦਸਮ ਐਂ ਨਹੀਂ, ਹਲਿਆ ਹਲਿਆ ਕਰਕੇ ਰੌਲਾ ਪਾ ਛੱਡਣਾ ਉਹੀ ਬਸ। ਉਹ ਮਹਾਰਾਜ ਜੀ ਨੇ ਆਪਾਂ ਨੂੰ ਸ਼ਸਤਰ ਬਖਸ਼ੇ ਹੈ। ਮੈਨੂੰ ਇੱਥੇ ਇੱਧਰ ਇੱਕ ਨੱਥੋਵਾਲ ਪਿੰਡ ਪਹਿਲਾਂ ਕਥਾ ਕਰਨ ਗਿਆ, ਉੱਥੇ ਇੱਕ ਸਿੰਘ ਕਹਿੰਦਾ ਵੀ ਸਾਡੇ ਵੱਡੇ ਵਡੇਰੇ ਬਾਬਾ ਸੁੰਦਰ ਸਿੰਘ ਜੀ ਨਾਲ ਰਹੇ ਨੇ, ਕਹਿੰਦਾ ਉਹਨਾਂ ਨੇ ਕਿਹਾ ਸੀ ਵੀ ਸ਼ਸਤਰ ਮਾਂਜ ਕੇ ਰੱਖਣੇ। ਮੈਂ ਉੱਥੇ ਕਥਾ ਕਰਨ ਗਿਆ, ਸ਼ਸਤਰਾਂ ਦੀ ਗੱਲ ਚੱਲੀ, ਮੈਨੂੰ ਉਹਨੇ ਸਿੰਘ ਨੇ ਕਿਹਾ ਵੀ ਮੈਂ ਤੁਹਾਨੂੰ ਇੱਕ ਗੱਲ ਸੁਣਾਵਾਂ। ਮੈਂ ਸੁਣਾ, ਕਹਿੰਦਾ ਮੈਂ ਸ੍ਰੀ ਸਾਹਿਬ ਵੱਡੀ ਰੇਤੇ ਨਾਲ ਮਾਂਜ ਮੂੰਜ ਕੇ ਜਦ ਐਂ ਲਿਸਕਾਈ, ਕਹਿੰਦਾ ਉਹ 'ਚੋਂ ਇੱਕ ਹਰੀ ਜੀ ਲਾਈਟ ਨਿਕਲ ਕੇ ਨਾ ਸਾਰੇ ਮੇਰੇ ਕਮਰੇ 'ਚ ਆਏ ਘੁੰਮ ਕੇ, ਉਹ ਫੇਰ ਉਹਦੇ 'ਚ ਹੀ ਆ ਗਈ। ਕਹਿੰਦਾ ਇਹ ਕੀ ਹੈ? ਮੈਂ ਕਿਹਾ ਇਹ ਸ਼ਸਤਰ ਹੈ, ਇਹ ਸਰਗੁਣ ਰੂਪ ਹੈ ਅਕਾਲ ਪੁਰਖ ਦਾ, ਇਹ ਜੇ ਤਾਕਤ ਹੈ ਤੈਨੂੰ ਦਿਖਾਇਆ ਵੀ ਤੁਸੀਂ ਜੇ ਤੁਸੀਂ ਕਹਿੰਦੇ ਸਾਡੇ ਘਰੋਂ ਦੁੱਖ ਨਹੀਂ ਜਾਂਦਾ ਤਕਲੀਫ, ਲੋਕ ਇੱਥੇ ਮਿੰਟ 'ਚ ਜਾ ਕੇ ਗੁੱਗੇ ਨੂੰ ਮੱਥਾ ਟੇਕਦੇ ਆ, ਦਰਖਤ ਨੂੰ, ਚੰਦ ਨੂੰ, ਤਾਰਿਆਂ ਨੂੰ, ਪੱਥਰਾਂ ਨੂੰ, ਮਿੱਟੀ ਨੂੰ। ਉਹ ਖਾਲਸਾ, ਤੁਹਾਡੇ ਘਰ ਜਿਹੜੇ ਸ਼ਸਤਰ ਪਏ ਸੀ ਰੋਜ਼ ਮਾਂਜ ਕੇ ਮੱਥਾ ਟੇਕ ਕੇ ਧੂਫ ਦੇ ਦਿਆ ਕਰੋ, ਲੋਕ ਕੋਈ ਕੰਮ ਅੜ ਗਿਆ, ਕੋਈ ਬਿਮਾਰੀ ਘਰ 'ਚ ਰਹਿ ਗਈ ਤਾਂ ਮੈਨੂੰ ਕਹਿ ਦਿਓ। ਜਿੱਥੋਂ ਮਿਲਣੀ ਆ ਦਾਤ ਉਹ ਚੀਜ਼ ਹੀ ਛੱਡਤੀ ਤੁਸੀਂ, ਗੁਰੂ ਗ੍ਰੰਥ ਸਾਹਿਬ ਦੀ ਸੇਵਾ ਛੱਡਤੀ। ਬਾਬਾ ਅਤਰ ਸਿੰਘ ਜੀ ਮਹਾਂਪੁਰਖ ਮਸਤੂਆਂ ਵਾਲੇ ਬਹੁਤ ਪੋਲਾ ਜਿਹਾ ਕੱਪੜਾ ਲੈ ਕੇ ਨਾ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਅੰਗ ਤੋਂ ਲੈ ਕੇ ਇਕੱਲਾ 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 ਪੱਤਰਾ ਸਾਰਾ ਸਾਫ਼ ਕਰਨਾ, ਸੇਵਾ ਕਰਦੇ ਸੀ। ਇਹ ਗੱਲ ਮੈਂ ਹਮੇਸ਼ਾ ਤੁਹਾਨੂੰ ਪਹਿਲਾਂ ਵੀ ਕਹੀ ਵੀ ਜੇ ਕੋਈ ਰੁਕਾਵਟ ਆਉਂਦੀ ਹੈ, ਕੰਮ ਕਾਰ ਰੁਕਦੇ ਨੇ, ਬਿਮਾਰੀਆਂ ਨਹੀਂ ਖਹਿੜਾ ਛੱਡਦੀਆਂ,
ਨਿਸ਼ਾਨ ਸਾਹਿਬ ਦਾ ਥੜਾ ਰੋਜ਼ ਕੱਚੀ ਲੱਸੀ ਨਾਲ ਧੋ ਕੇ ਕੱਪੜਾ ਉੱਤੇ ਫੇਰ ਕੇ ਉੱਤੇ ਗੁਲਾਬ ਦੇ ਫੁੱਲ ਦੂਜੇ ਫੁੱਲ ਪਾ ਕੇ ਧੂਪ ਬੱਤੀ ਕਰਕੇ ਇੱਕ ਚਿੱਤ ਹੋ ਕੇ ਅਰਦਾਸ ਕਰੋ ਵੀ ਇਹ ਸ਼ਹੀਦੋ ਸਿੰਘੋ ਸਾਡੇ 'ਤੇ ਕਿਰਪਾ ਕਰੋ, ਸਾਡੇ ਪਰਿਵਾਰ ਦੀਆਂ ਬਿਮਾਰੀਆਂ ਦੂਰ ਕਰੋ, ਕੁਛ ਵੀ ਮੰਗ ਲਓ। ਇਹਦੇ ਸਿਰੇ 'ਤੇ ਜਾ ਕੇ ਦੇਖੋ ਕੀ ਲੱਗਿਆ, ਖੰਡਾ ਲੱਗਿਆ ਹੋਇਆ। ਖੰਡਾ ਪ੍ਰਿਥਮੇ ਸਾਜ ਕਹਿ ਸਭ ਸਹਿਸਾਰ ਉਪਾਇਆ। ਇਹ ਜਿਹੜਾ ਖੰਡਾ ਸ਼ਸਤਰ ਹੈ, ਚਾਹੇ ਤੀਰ ਲੱਗਿਆ ਹੋਵੇ